2020 ਦੇ ਅਖੀਰ ਤੱਕ ਹੋ ਸਕਦਾ ਹੈ ਕਿ ਫਾਈਜ਼ਰ ਦੀ ਵੈਕਸੀਨ ਕੈਨੇਡਿਆ ਨੂੰ ਮਿਲ ਸਕੇ ਜੀ ਹਾਂ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਇੱਕ ਮੀਟਿੰਗ 10 ਦਸੰਬਰ ਨੂੰ ਹੋਣ ਜਾ ਰਹੀ ਹੈ ਵੈਕਸੀਨ ਕਿਵੇਂ ਮਿਲੇਗੀ ਕਿੰਨੇ ਲੋਕਾਂ ਨੂੰ ਪਹਿਲਾਂ ਮਿਲੇਗੀ ਕਿੰਨਿਆਂ ਨੂੰ ਅਜੇ ਕਰਨਾ ਪਵੇਗਾ ਇੰਤਜ਼ਾਰ ਆਓ ਦੇਖਦੇ ਹਾਂ ਇਸ ਤੇ ਕਰਿਪੋ ਕੈਨੇਡਾ 2020 ਦੇ ਅੰਤ ਤੱਕ ਪਹਿਲੀ ਕਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਸਕਦਾ ਹੈ ਜਿੱਥੇ ਹੈਲਥ ਕੈਨੇਡਾ ਦੇ ਮੁਖ ਮੈਡੀਕਲ ਸਲਾਹਕਾਰ ਦਾ ਕਹਿਣਾ ਹੈ ਕਿ ਫਾਈਜ਼ਰ ਦੀ ਕੋਵਿਡ-19 ਟੀਕੇ ਦੇ ਉਮੀਦਵਾਰਾਂ ਨੂੰ ਅਗਲੇ ਮਹੀਨੇ ਕੈਨੇਡਾ ਦੇ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਡਾਕਟਰ ਸੁਪਰੀਆ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੇ ਕੋਲ ਟੀਕੇ ਦੀ ਪ੍ਰਵਾਨਗੀ ਦੇ ਲਈ ਸਮਾਂ ਸੀਮਾ ਫਾਈਜ਼ਰ ਤੇ ਬਾਇਓਐਂਟੈਕ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ ਸੰਯੁਕਤ ਰਾਜ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ 10 ਦਸੰਬਰ ਨੂੰ ਮਿਲ ਰਹੀ ਨੇ ਤਾਂ ਜੋ ਇਸ ਗੱਲ ਤੇ ਵਿਚਾਰ ਕੀਤਾ ਜਾ ਸਕੇ ਕਿ ਫਾਈਜ਼ਰ ਨੂੰ ਅੱਗੇ ਵਧਾਉਣਾ public. ਹੈਲਥ ਆਫੀਸਰ ਡਾਕਟਰ ਹਾਵਰਡ ਨਜ਼ੂ ਨੇ ਵੀਰਵਾਰ ਨੂੰ ਕਿਹਾ ਹੈ ਕਿ ਹਰ ਕੈਨੇਡੀਅਨ ਨੂੰ ਕੋਰੋਨਾ ਵਾਇਰਸ ਟੀਕਾ ਮੁਹੱਈਆ ਕਰਵਾਉਣ ਦੇ ਲਈ ਕੈਨੇਡਾ ਚੰਗੀ ਸਥਿਤੀ ਦੇ ਵਿੱਚ ਹੈ 2021 ਦੇ ਵਿੱਚ ਕੌਣ ਚਾਹੁੰਦਾ ਹੈ ਪਹਿਲਾ ਵੈਕਸੀਨ ਪਰ ਕਈਆਂ ਨੂੰ ਇੰਤਜ਼ਾਰ ਕਰਨਾ ਪਵੇਗਾ ਜਦੋਂ ਸ਼ੁਰੂਆਤੀ ਸਪਲਾਈ ਖਤਮ ਹੋ ਜਾਂਦੀ ਹੈ ਸ਼ਰਮਾ ਤੇ ਨਜ਼ੂ ਨੇ ਇਹ ਹਫਤਾਵਾਰੀ ਪ੍ਰੈਸ ਕਾਨਫਰੰਸਾਂ ਦੇ ਇੱਕ ਨਵੇਂ ਦੌਰ ਦੇ ਪਹਿਲੇ ਬਿਆਨ ਦਿੱਤੇ ਜੋ ਸਰਕਾਰ ਦੀਆਂ ਟੀਕਾਕਰਨ ਰੋਲ ਆਊਟ ਦੀਆਂ ਯੋਜਨਾਵਾਂ ਦੀ ਰੂਪਰੇਖਾ ਤਿਆਰ ਕਰਨਗੇ ਨਜ਼ੂ ਨੇ ਕਿਹਾ ਹੈ ਕਿ ਕੈਨੇਡਾ ਪਹਿਲੀ ਵੈਕਸੀਨ ਦੇ ਉਪਲਬਧ ਹੋਣ ਤੋਂ ਬਾਅਦ ਵੰਡਣ ਦੇ ਲਈ ਮਜ਼ਬੂਤ ਸ ਬੋਲ ਆਊਟ ਦੇ ਵਿੱਚ 30 ਮਿਲੀਅਨ ਕੈਨੇਡੀਅਨ ਸ਼ਾਰਟ ਲੈ ਪਾਉਣਗੇ ਤਿੰਨ ਤਰ੍ਹਾਂ ਦੇ ਸਮੂਹਾਂ ਤੇ ਧਿਆਨ ਕੇਂਦ੍ਰਿਤ ਰਹੇਗਾ ਉਹ ਲੋਕ ਜੋ ਕੋਵਿਡ-19 ਦਾਕਰਾਰ ਕਰਨ ਦੇ ਸਭ ਤੋਂ ਵੱਧ ਜੋਖਮ ਦੇ ਵਿੱਚ ਨੇ ਉਹ ਜਿਹੜੇ ਇਸ ਨੂੰ ਕਮਜ਼ੋਰ ਤੇ ਜ਼ਰੂਰੀ ਕਰਮਚਾਰੀਆਂ ਤੱਕ ਪਹੁੰਚਾਉਣ ਦੇ ਜੋਖਮ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੇ ਵਿੱਚ ਅਸੀਂ ਇਹ ਸਾਰੀਆਂ ਤਿਆਰੀਆਂ ਕਰ ਰਹੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਵਿਡ-19 ਟੀਕੇ ਪ੍ਰਾਪਤ ਕਰਨ ਦੇ ਲਈ ਕੈਨੇਡਾ ਦੀ ਸਥਿਤੀ ਚੰਗੀ ਤਰ੍ਹਾਂ ਤੇ ਵੈਲ ਇਸਟੈਬਲਿਸ਼ਡ ਪ੍ਰਣਾਲੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ 2021 ਦੇ ਵਿੱਚ ਹਰ ਕੈਨੇਡੀਅਨ ਨੂੰ ਇਸ ਦੀ ਪਹੁੰਚ ਪ੍ਰਾਪਤ ਹੋ ਸਕੇ ਜਿਵੇਂ ਕਿ ਹਾਲਾਤ ਬਣੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਟੀਕੇ 2021 ਦੇ ਸ਼ੁਰੂ ਦੇ ਵਿੱਚ ਉਪਲਬਧ ਹੋ ਜਾਣਗੇ ਹਾਲਾਂਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹਨਾਂ ਟੀਕਿਆਂ ਦੀ ਸ਼ੁਰੂਆਤੀ ਸਪਲਾਈ ਸੀਮਿਤ ਰਹੇਗੀ ਜਦੋਂ ਕੋਈ ਟੀਕਾ ਤਿਆਰ ਹੋਵੇਗਾ ਤਾਂ ਕੈਨੇਡਾ ਵੀ ਤਿਆਰ ਹੋਵੇਗਾ ਕਰੋਨਾ ਵਾਇਰਸ ਮਹਾਮਾਰੀ ਨੇ ਪਿਛਲੇ 11 ਮਹੀਨਿਆਂ ਦੇ ਦੌਰਾਨ ਪੂਰੀ ਦੁਨੀਆ ਨੂੰ ਤਬਾਹ ਕਰ ਦਿੱਤਾ ਹੈ ਜਿਸ ਨਾਲ ਦੁਨੀਆ ਭਰ ਦੇ ਵਿੱਚ 1.4 ਮਿਲੀਅਨ ਤੇ ਇਕੱਲੇ ਕੈਨੇਡਾ ਦੇ ਵਿੱਚ 11773 ਲੋਕ ਮਾਰੇ ਗਏ ਨੇ ਵਿਸ਼ਵ ਪੱਧਰ ਤੇ 60 ਲੱਖ ਤੋਂ ਵੱਧ ਹੋਰਨਾਂ ਦੇ ਨਾਲ 350 ਹਜ਼ਾਰ ਤੋਂ ਵੱਧ ਕੈਨੇਡੀਅਨ ਵੀ ਸੰਕਰਮਿਤ ਹੋਏ ਗਲੋਬਲ ਪੱਧਰ ਤੇ ਧਿਆਨ ਇੱਕ ਟੀਕੇ ਦੀ ਦੌੜ ਤੇ ਕੇਂਦ੍ਰਿਤ ਹੈ ਜੋ ਕਾਤਕ ਤੱਕ ਤੇ ਬਹੁਤ ਹੀ ਛੂਤਕਾਰੀ ਵਾਇਰਸ ਫੈਲਣ ਨੂੰ ਘਟਾਉਣ ਦੇ ਲਈ ਇੱਕ ਬਹੁਪੱਖੀ ਤੇ ਚੱਲ ਰਹੀਆਂ ਕੋਸ਼ਿਸ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਦੁਨੀਆ ਭਰ ਦੇ ਦੇਸ਼ਾਂ ਨੇ ਪਿਛਲੇ ਸਾਲਾਂ ਦੌਰਾਨ ਆਪਣੀਆਂ ਸਰਹੱਦਾਂ ਨੂੰ ਵੱਖ-ਵੱਖ ਡਿਗਰੀਆਂ ਦੇ ਨਾਲ-ਨਾਲ 올림픽 ਵਰਗੇ ਖੇਡ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਅਤੇ ਆਪਣੇ ਨਾਗਰਿਕਾਂ ਨੂੰ ਮਾਸਕ ਪਾਉਣ ਤੇ ਘਰ ਦੇ ਵਿੱਚ ਰਹਿਣ ਦੀ ਬੇਨ ਕਿ ਤਾਂ ਜੋ ਇਸ ਨੂੰ ਘਟਾਇਆ ਜਾ ਸਕੇ ਕੈਨੇਡੀਅਨ ਸਰਕਾਰ ਨੇ 7 ਮੋਰੀ ਟੀਕੇ ਦੇ ਉਮੀਦਵਾਰ ਸਪਲਾਈਰਾਂ ਦੇ ਨਾਲ ਇਕਰਾਰਨਾਮੇ ਕੀਤੇ ਜਿਨ੍ਹਾਂ ਵਿੱਚੋਂ 5 ਟੀਕੇ ਹੁਣ ਫੇਜ਼ 3 ਦੇ ਕਲੀਨਿਕਲ ਟਰਾਇਲਾਂ ਦੇ ਵਿੱਚ ਨੇ ਤੇ ਕਈਆਂ ਨੂੰ ਇਨ੍ਹਾਂ ਟੈਸਟਾਂ ਦੇ ਵਿੱਚੋਂ ਉਮੀਦਾਂ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਫਤੇ ਦੇ ਸ਼ੁਰੂ ਦੇ ਵਿੱਚ ਇਸ ਸਵੀਕਾਰ ਕੀਤਾ ਸੀ ਕਿ ਕੈਨੇਡੀਅਨ ਸੰਯੁਕਤ ਰਾਜ ਤੇ ਯੂਕੇ ਵਰਗੇ ਦੇਸ਼ਾਂ ਦੇ ਨਾਗਰਿਕਾਂ ਤੋਂ ਬਾਅਦ ਇਹ ਟੀਕਾ ਪ੍ਰਾਪਤ ਕਰਨਗੇ ਜਿੱਥੇ ਕੁਝ ਪ੍ਰਮੁੱਖ ਟੀਕੇ ਦੇ ਉਮੀਦਵਾਰ ਆਪਣੀ ਸਪਲਾਈ ਤਿਆਰ ਕਰਦੇ ਨੇ ਸਰਕਾਰ ਨੇ ਫਿਲਹਾਲ ਕਿਹਾ ਹੈ ਕਿ ਉਮੀਦ ਹੈ ਕਿ ਟੀਕਿਆਂ ਦੀ ਮੁੱਖ ਸਪਲਾਈ ਜਨਵਰੀ 2021 ਦੇ ਵਿਚਕਾਰ ਹੋ ਸਕਦੀ ਹੈ ਤੇ ਉਹਨਾਂ ਨੂੰ ਪਹਿਲਾਂ ਸਭ ਤੋਂ ਵੱਧ ਜੋਖਮ ਦੇ ਕੋਲ ਆ ਸਕਦਾ ਹੈ ਐਨ ਜੂ ਨੇ ਵੀਰਵਾਰ ਨੂੰ ਉਨ੍ਹਾਂ ਉੱਚ ਤਰਜੀਹ ਵਾਲੇ ਸਮੂਹ ਦੀਆਂ ਕਈ ਉਦਾਹਰਨਾਂ ਬਾਰੇ ਦੱਸਿਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਜੋਖਮ ਹੁੰਦੇ ਨੇ ਜਾਂ ਜਿਨ੍ਹਾਂ ਦੀ ਜੋਖਮ ਵਾਲੀ ਸਥਿਤੀ ਹੈ ਜੋ ਬਜ਼ੁਰਗ ਨੇ ਜਿਨ੍ਹਾਂ ਦੇ ਉੱਚ ਜੋਖਮ ਵਾਲੀਆਂ ਸਥਿਤੀਆਂ ਦੇ ਕਾਰਨ ਵਾਇਰਸ ਪ੍ਰਤੀ ਗੰਭੀਰ ਪ੍ਰਤੀਕਿਰਿਆ ਹੋਣ ਦੀਆਂ ਵੀ ਮੁਸ਼ਕਲਾਂ ਬਾਧਰੀਆਂ ਨੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਮੇਂ ਟੀਕੇ ਸਪਲਾਈਰ ਕਰਨ ਵਾਲਿਆਂ ਦੇ ਨਾਲ ਇਕਰਾਰਨਾਮੇ ਦੇ ਵਿੱਚ ਫਰਮ 194 ਮਿਲੀਅਨ ਖੁਰਾਕਾਂ ਦੀ ਹੈ ਜੋ ਕੈਨੇਡਾ ਨੂੰ ਦਿੱਤੀ ਜਾਣੀ ਹੈ ਜਿਸ ਦੇ ਵਿੱਚ ਇਹ 414 ਮਿਲੀਅਨ ਖੁਰਾਕਾਂ ਵਧਾਉਣਾ ਹੈ ਇਸ ਦਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ